ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਖੇਤੀਬਾੜੀ ਆਰਡੀਨੈਂਸਾਂ ਬਾਰੇ ਝੂਠ ਬੋਲ ਕੇ ਲੋਕਾਂ ਦਾ ਧਿਆਨ ਪਾਸੇ ਕਰਨ ਵਾਲੀਆਂ ਜੁਗਤਾਂ ਲਾਉਣ ਦੀ ਥਾਂ ਆਪਣੀਆਂ ਅਸਫਲਤਾਵਾਂ ਲਈ ਲੋਕਾਂ ਨੂੰ ਜਵਾਬ ਦੇਣ। ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀ ਜਾਣਦੇ ਹਨ ਕਿ ਆਰਡੀਨੈਂਸਾਂ ਦਾ ਘੱਟੋ ਘੱਟ ਸਮਰਥਨ ਮੁੱਲ ਨਾਲ ਕੋਈ ਲੈਣ ਦੇਣ ਨਹੀਂ ਹੈ, ਪਰ ਫਿਰ ਵੀ ਝੂਠ ਬੋਲ ਰਹੇ ਹਨ। ਇੱਥੇ ਜਾਰੀ ਕੀਤੇ ਇੱਕ ਬਿਆਨ ਵਿੱਚ ਸਾਬਕਾ ਮੁੱਖ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਪੰਜਾਬੀਆਂ ਦੇ ਹਿੱਤਾਂ ਵਾਸਤੇ ਕੇਂਦਰੀ ਖੇਤੀਬਾੜੀ ਆਰਡੀਨੈਂਸਾਂ ਬਾਰੇ ਰਾਜਨੀਤੀ ਕਰਨਾ ਛੱਡਣ। ਉਹਨਾਂ ਕਿਹਾ ਕਿ ਪੰਜਾਬੀ 5,500 ਕਰੋੜ ਰੁਪਏ ਦੇ ਮਾਲੀਆ ਘਾਟੇ ਬਾਰੇ ਜਵਾਬ ਚਾਹੁੰਦੇ ਹਨ। ਉਹਨਾਂ ਕਿਹਾ ਕਿ ਉਹ ਇਹ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਆਪਣੇ ਹੀ ਸਾਥੀਆਂ ਵੱਲੋਂ ਦੱਸੇ ਘਾਟਿਆਂ ਨੂੰ ਪੂਰਾ ਕਰਨ ਤੇ ਉਗਰਾਹਣ ਵਾਸਤੇ ਕੀ ਕੀਤਾ ਹੈ। ਕਾਂਗਰਸ ਦੇ ਉਹਨਾਂ ਨੇਤਾਵਾਂ ਦੇ ਡਿਸਟਿਲਰੀ ਮਾਲਕਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ, ਜਿਨ੍ਹਾਂ ਖਿਲਾਫ ਨਜਾਇਜ਼ ਸ਼ਰਾਬ ਦੀ ਬਾਟਲਿੰਗ ਕਰਨ ਅਤੇ ਸੂਬੇ ਦੀ ਆਵਚਾਰੀ ਡਿਊਟੀ ਚੋਰੀ ਕਰਨ ਦੇ ਦੋਸ਼ ਲੱਗੇ ਹਨ। ਉਹਨਾਂ ਕਿਹਾ ਕਿ ਪੰਜਾਬੀ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਕਿਉਂ ਸੂਬੇ ਵਿੱਚ ਰੇਤੀ ਦੀ ਨਜਾਇਜ਼ ਮਾਈਨਿੰਗ ਬਿਨਾਂ ਰੁਕਾਵਟ ਜਾਰੀ ਹੈ, ਕਿਉਂ ਸੂਬਾ ਸਰਕਾਰ ਲਾਇਸੈਂਸ ਫੀਸ ਘਟਾ ਕੇ ਰੇਤ ਮਾਫੀਆ ਦੀ ਮਦਦ ਕਰ ਰਹੀ ਹੈ ਤੇ ਉਹਨਾਂ ਨੂੰ ਉੱਥੇ ਵੀ ਰੇਤ ਕੱਢਣ ਦੀ ਆਗਿਆ ਦੇ ਰਹੀ ਹੈ ਜਿੱਥੇ ਬਾਰੇ ਹਾਲੇ ਤੱਕ ਪ੍ਰਵਾਨਗੀਆਂ ਨਹੀਂ ਮਿਲੀਆਂ। ਉਹਨਾਂ ਕਿਹਾ ਕਿ ਸੂਬੇ ਨੂੰ ਮਿਲੇ ਕੇਂਦਰੀ ਰਾਸ਼ਨ ਦੇ ਮਾਮਲੇ ਵਿੱਚ ਵੀ ਕਾਂਗਰਸ ਨੇ ਆਪਣੇ ਹੀ ਆਗੂਆਂ ਦੇ ਘਰਾਂ ਵਿੱਚ ਰਾਸ਼ਨ ਭੇਜੇ ਜਾਣ ਬਾਰੇ ਕਾਂਗਰਸ ਸਰਕਾਰ ਨੇ ਅੱਖਾਂ ਮੀਟ ਲਈਆਂ ਹਨ। ਉਹਨਾਂ ਕਿਹਾ ਕਿ ਸੂਬੇ ਵਿੱਚ ਗੰਨਾ ਉਤਪਾਦਕਾਂ ਦਾ ਬਕਾਇਆ ਲਟਕਣ ਅਤੇ ਆਮ ਆਦਮੀ ਦੇ ਮੋਟੇ ਬਿਜਲੀ ਬਿੱਲ ਥੋਪਣ ਸਮੇਤ ਹੋਰ ਕਈ ਮਸਲੇ ਹਨ, ਪਰ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਇਹਨਾਂ ਮਸਲਿਆਂ ਪ੍ਰਤੀ ਅਣਜਾਣ ਹਨ ਤੇ ਜਾਣ ਬੁੱਝ ਕੇ ਆਪਣੀਆਂ ਅਸਫਲਤਾਵਾਂ ਤੇ ਪਰਦਾ ਪਾਉਣ ਲਈ ਝੂਠੀਆਂ ਕਹਾਣੀਆਂ ਘੜ ਰਹੇ ਹਨ। ਮੁੱਖ ਮੰਤਰੀ ਨੂੰ ਕਿਸਾਨਾਂ ਤੇ ਕਿਸਾਨ ਯੂਨੀਅਨਾਂ ਨੂੰ ਸਾਰੀ ਸੱਚਾਈ ਦੱਸਣ ਲਈ ਕਹਿੰਦਿਆਂ ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਇਹ ਸੱਚਾਈ ਨਹੀਂ ਹੈ ਕਿ ਤੁਸੀਂ 2017 ਵਿੱਚ ਸੂਬੇ ਦੇ APMC ਐਕਟ ਵਿੱਚ ਸ਼ੋਧ ਕਰਕੇ ਉਹਨਾਂ ਸਾਰੀਆਂ ਮੱਦਾਂ ਸ਼ਾਮਿਲ ਕੀਤੀਆਂ ਜੋ ਫਾਰਮਰਸ ਪ੍ਰੋਡਿਊਸਰ ਐਂਡ ਟ੍ਰੇਡ ਆਰਡੀਨੈਂਸ ਵਿੱਚ ਸ਼ਾਮਿਲ ਹਨ, ਜਿੱਥੇ ਕਿ ਪ੍ਰਾਈਵੇਟ ਮੰਡੀਆਂ ਦੀ ਸਥਾਪਨਾ, ਸਿੱਧਾ ਮੰਡੀਕਰਨ ਅਤੇ ਈ ਟ੍ਰੇਡਿੰਗ। ਉਹਨਾਂ ਕਿਹਾ ਕਿ ਸੂਬੇ ਨੇ ਨਾ ਸਿਰਫ ਆਪਣੇ APMC ਐਕਟ ਵਿੱਚ ਸ਼ੋਧ ਕੀਤੀ ਬਲਕਿ ਖੇਤੀਬਾੜੀ ਆਰਡੀਨੈਂਸਾਂ ਦੀ ਸਲਾਹਕਾਰੀ ਪ੍ਰਤੀਕਿਰਿਆ ਵਿੱਚ ਵੀ ਹਿੱਸਾ ਲਿਆ। ਹੁਣ ਇਹ ਸਭ ਕੁਝ ਕਰਕੇ ਮੁੱਖ ਮੰਤਰੀ ਕਿਸਾਨਾਂ ਤੇ ਕਿਸਾਨ ਯੂਨੀਅਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ ਤੇ ਇਸ ਵਾਸਤੇ ਸਿਆਸੀ ਲਾਭ ਲੈਣ ਵਾਸਤੇ ਆਪ ਹੀ ਉਹਨਾਂ ਦੇ ਨਾਲ ਰਲ ਗਈ ਹੈ। ਬਿਊਰੋ ਰਿਪੋਰਟ, ਆਵਾਜ਼ ਕੌਮ TV। ਇਸ ਵਾਰ ਝੋਨਾ ਬਾਸਮਤੀ ਦੀ ਲਵਾਈ ਕਿਸਾਨਾਂ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇੱਕ ਪਾਸੇ ਜਿੱਥੇ ਲੇਬਰ ਨਾ ਮਿਲਣ ਕਾਰਨ ਕਿਸਾਨਾਂ ਦੇ ਚਿਹਰੇ ਤੇ ਉਦਾਸੀ ਛਾਈ ਰਹਿੰਦੀ ਹੈ, ਉੱਥੇ ਹੀ ਹੁਣ ਕਿਸਾਨਾਂ ਵੱਲੋਂ ਬੀਜੀ ਗਈ ਝੋਨੇ ਬਾਸਮਤੀ ਦੀ ਪਨੀਰੀ ਖਰਾਬ ਨਿਕਲਣ ਕਾਰਨ ਕਿਸਾਨਾਂ ਨੂੰ ਹੁਣ ਮਜਬੂਰੀ ਵੱਸ ਆਪਣੀ ਫਸਲ ਨੂੰ ਵਾਹੁਣਾ ਪੈ ਰਿਹਾ ਹੈ ਅਤੇ ਇੱਕ ਵਾਰ ਫਿਰ ਕਿਸਾਨਾਂ ਲਈ ਨਕਲੀ ਬੀਜਾਂ ਦੇ ਨਾਗ ਨੇ ਇਹਨਾਂ ਕਿਸਾਨਾਂ ਨੂੰ ਡੰਗ ਮਾਰਿਆ ਹੈ। ਸਥਾਨਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਨਵੀਂ ਸਰਾਂ 'ਚ ਦੋ ਕਿਸਾਨ ਭਰਾਵਾਂ ਵੱਲੋਂ ਬਾਸਮਤੀ ਦੀ ਖੇਤੀ ਕੀਤੀ ਜਾ ਰਹੀ ਹੈ, ਜਿੱਥੇ ਇਹਨਾਂ ਕਿਸਾਨਾਂ ਵੱਲੋਂ ਮਹਿੰਗੀ ਕੀਮਤ ਦੇ ਬੀਜ ਲੈ ਕੇ ਪਹਿਲਾਂ ਪਨੀਰੀ ਬੀਜੀ ਗਈ ਅਤੇ ਫਿਰ ਬਾਸਮਤੀ ਲਗਾਈ ਗਈ, ਪਰ ਅੱਜ 24-25 ਦਿਨ ਬਾਅਦ ਜਦ ਕਿਸਾਨ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਉਸ ਵੱਲੋਂ ਬੀਜੀ ਗਈ 1509 ਬਾਸਮਤੀ 'ਚ ਬਾਸਮਤੀ ਦੇ ਪੌਦੇ ਹੀ ਨਹੀਂ ਸਨ, ਤਾਂ ਦੁਖੀ ਹੋਏ ਕਿਸਾਨ ਕਸ਼ਮੀਰ ਸਿੰਘ ਅਤੇ ਕਿਸਾਨ ਗੁਰਮੀਤ ਸਿੰਘ ਨੇ ਆਪਣੇ 2 ਏਕੜ ਬਾਸਮਤੀ ਦੀ ਫਸਲ ਨੂੰ ਆਪਣੇ ਹੱਥੀਂ ਵਾ ਦਿੱਤਾ। ਜਾਣਕਾਰੀ ਦਿੰਦੇ ਹੋਏ ਦੋਨਾਂ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਇਸ ਵਾਰ ਮਹਿੰਗੇ ਭਾਅ ਦੀ ਬਾਸਮਤੀ ਅਤੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਇਹ 1509 ਬਾਸਮਤੀ ਦੀ ਫਸਲ ਬੀਜੀ। ਖਾਦ ਅਤੇ ਕਈ ਤਰ੍ਹਾਂ ਦੇ ਕੀਟਨਾਸ਼ਕ ਦਾ ਛਿੜਕਾਅ ਵੀ ਕਰ ਚੁੱਕਾ ਹੈ। ਉਹਨਾਂ ਸੋਚਿਆ ਕਿ ਸ਼ਾਇਦ ਇਸ ਵਾਰ ਇਹ ਫਸਲ ਦਾ ਬਹੁਤ ਵਧੀਆ ਮੁੱਲ ਪੱਟ ਸਕਣਗੇ। ਕਿਸਾਨ ਨੇ ਦੱਸਿਆ ਕਿ ਉਸਨੇ ਇਹ 2 ਏਕੜ ਜ਼ਮੀਨ ਉੱਤੇ 50,000 ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ 'ਤੇ ਲਈ ਹੋਈ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਹੁਣ ਤੱਕ ਇਸ ਫਸਲ ਨੂੰ ਬੀਜਣ ਤੱਕ 10,000 to 12,000 ਰੁਪਏ ਪ੍ਰਤੀ ਏਕੜ ਦਾ ਖਰਚਾ ਹੋ ਚੁੱਕਾ ਹੈ ਅਤੇ ਹੁਣ ਇਸ ਨੂੰ ਇਹ ਫਸਲ ਵਾਹ ਕੇ ਦੁਬਾਰਾ ਫਿਰ ਕੱਦੂ ਕਰਕੇ ਇਸ ਵਿੱਚ ਫਸਲ ਬੀਜਣੀ ਹੈ ਕਿਉਂਕਿ ਹੁਣ ਇਹ ਫਸਲ 'ਚ ਕੁਝ ਨਹੀਂ ਹੈ। ਉਕਤ ਕਿਸਾਨਾਂ ਨੇ ਦੱਸਿਆ ਕਿ ਉਸਨੇ ਇਹ ਬੀਜ 1509 ਸਰਾਵਾਂ ਰੋਡ ਤੋਂ ਇੱਕ ਬੀਜ ਦੁਕਾਨਦਾਰ ਕੋਲੋਂ ਖਰੀਦਿਆ ਸੀ। ਜਦ ਕਿਸਾਨਾਂ ਨੇ ਇਸ ਬਾਰੇ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਦੁਕਾਨਦਾਰ ਨੇ ਕਿਹਾ ਕਿ ਹੁਣ ਝੋਨੇ ਬਾਸਮਤੀ ਦੀ ਸਾਰੀ ਪਨੀਰੀ ਇਸ ਤਰ੍ਹਾਂ ਦੀ ਹੀ ਉੱਗ ਰਹੀ ਹੈ ਅਤੇ ਉਹ ਕੁਝ ਨਹੀਂ ਕਰ ਸਕਦੇ। ਕਿਸਾਨ ਨੇ ਦੱਸਿਆ ਕਿ ਉਸਦਾ ਇਸ ਨਾਲ ਹੁਣ ਤੱਕ ਤਕਰੀਬਨ 25,000 ਰੁਪਏ ਦਾ ਖਰਚਾ ਹੋ ਚੁੱਕਾ ਹੈ। ਹੁਣ ਪੀੜਤ ਕਿਸਾਨ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਕੋਲੋਂ ਇਸ ਦੀ ਜਾਂਚ ਕਰਵਾਉਣ ਦੀ ਮੰਗ ਕਰਕੇ ਬਣਦੇ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ। ਬਿਊਰੋ ਰਿਪੋਰਟ, ਆਵਾਜ਼ ਕੌਮ TV।